ਦੀਪਾਵਲੀ ਦੇ ਇਸ ਸ਼ੁਭ ਤਿਹਾੜੀ ਦੇ ਉੱਪਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਜਿਹੜੀ ਇਹ ਦੀਵਾਲੀ ਦਾ ਤਿਹਾੜੀ ਅੱਜ ਅਸੀਂ ਮਨਾ ਰਹੇ ਹਾਂ ਇਹ ਤਿਹਾੜੀ ਖੁਸ਼ੀਆਂ ਭਰਿਆ ਹੋਵੇ ਔਰ ਅੱਜ ਦੇ ਦਿਨ ਅਸੀਂ ਖੁਸ਼ੀਆਂ ਮਾਨੀਏ ਔਰ ਖਾਸ ਤੌਰ ਤੇ ਲਗਭਗ ਪਿਛਲੇ 6 ਮਹੀਨੇ ਤੋਂ ਜਿਹੜੀ ਆਪ ਦਾ ਸਾਡੇ ਸਾਰਿਆਂ ਦੇ ਉੱਪਰ ਕਰੋਨਾ ਨਾਂ ਦੀ ਆਈ ਸੀਗੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਉਸ ਦਾ ਮੁਕਾਬਲਾ ਕੀਤਾ ਉਹ ਵੀ ਕਾਬਲੇ ਤਾਰੀਫ ਹੈ ਉਹ ਹੁਣ ਜਿਹੜਾ ਆਉਣ ਵਾਲਾ ਕੱਲ ਹੈ ਉਸ ਵਾਸਤੇ ਵੀ ਅਸੀਂ ਥੋੜਾ ਕੋਵਿਡ 19 ਦੀਆਂ ਜੋ ਵੀ ਗਾਈਡਲਾਈਨਾਂ ਉਹਨੂੰ ਜ਼ਰੂਰ ਖਿਆਲ ਰੱਖੀਏ ਕਿਉਂਕਿ ਅਖੀਰਲਾ ਟਾਈਮ ਹੈ ਇਸ ਤੋਂ ਅਸੀਂ ਜ਼ਰੂਰ ਬਚੀਏ ਔਰ ਮੈਂ ਆਪਣੇ ਬੱਚਿਆਂ ਨੂੰ ਔਰ ਨੌਜਵਾਨਾਂ ਨੂੰ ਵੀ ਇਹੀ ਰਿਕੁਐਸਟ ਕਰਦਾ ਕਿ ਜਿਹੜੀ ਦੀਵਾਲੀ ਹੈ ਆਪਾਂ ਪੋਲਿਊਸ਼ਨ ਰਹਿਤ ਦੀਵਾਲੀ ਮਨਾਈਏ ਪਟਾਕੇਆਂ ਨੂੰ ਘੱਟ ਵਰਤੀਏ ਜੋ ਕਿ ਪਟਾਕਿਆਂ ਦੇ ਨਾਲ ਬੜੇ ਬੜੇ ਵੱਡੇ ਹਾਦਸੇ ਹੋ ਜਾਂਦੇ ਆ ਇੱਕ ਚੰਗਾਰੀ ਦੇ ਨਾਲ ਮਾਰਕੀਟ ਨੂੰ ਅੱਗ ਲੱਗ ਜਾਂਦੀ ਹੈ ਔਰ ਬੜਾ ਵੱਡਾ ਜ਼ਿੰਦਗੀ ਦਾ ਨੁਕਸਾਨ ਹੋ ਜਾਂਦਾ ਔਰ ਕਿਸੇ ਵੇਲੇ ਸਰੀਰਕ ਤੌਰ ਤੇ ਵੀ ਕੋਈ ਨਾ ਕੋਈ ਝੋਟ ਪਟਾਕਿਆਂ ਦੇ ਨਾਲ ਲੱਗ ਜਾਂਦੀ ਹੈ ਔਰ ਉਸ ਬਾਰੇ ਵੀ ਅਸੀਂ ਜ਼ੋਰ ਧਿਆਨ ਰੱਖੀਏ ਤੋਂ ਮੈਂ ਫਿਰ ਇੱਕ ਵਾਰ ਅੱਜ ਦੇ ਇਸ ਤਿਹਾਰ ਦੇ ਉੱਪਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਫਿਰ ਇੱਕ ਵਾਰ ਪਰਮੇਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਉਣ ਵਾਲਾ ਕੱਲ ਸਾਡੇ ਵਾਸਤੇ ਸਾਰਿਆਂ ਵਾਸਤੇ ਖੁਸ਼ੀਆਂ ਪਰਿਆ ਹੋਵੇ ਜਿਹੜੀ ਇਕਨੋਮਿਕਲੀ ਵਪਾਰਕ ਤੌਰ ਤੇ ਅਸੀਂ ਪਿੱਛੇ ਚਲੇ ਗਏ ਸੀਗੇ ਉਹ ਵੀ ਪਰਮੇਸ਼ਰ ਪਰਮਾਤਮਾ ਸਾਡੇ ਉਸੇ ਤਰ੍ਹਾਂ ਕਾਰੋਬਾਰ ਸ਼ਹਿਰਾਂ ਦੇ ਵਿੱਚ ਰੌਣਕਾਂ ਔਰ ਸਾਡੇ ਕਾਰੋਬਾਰ ਅੱਗੇ ਨਾਲੋਂ ਵੀ ਵੱਧ ਚੱਲਣ ਮੈਂ ਇਹ ਹੀ ਆਸ ਲੈ ਕੇ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ